ਸ਼੍ਰੀਕਾਲ ਟੂ ਆਲ ਮਾਈ ਫਰੈਂਡਸ, ਕਿਵੇਂ ਹੋ ਸਭ? ਆਈ ਵਿਸ਼ ਐਵਰੀਬਡੀ ਬੀ ਫਾਈਨ. ਲੈਟਸ ਸਟਾਰਟ ਵਿਦ ਦਾ ਰੀਲਾ ਇਨ ਰੂਪਕ ਤਾਲ. ਅਰਲੀਅਰ ਵੀ ਹੈਵ ਡਨ ਕਲਾਸੀਕਲ ਲੱਗੀ ਇਨ ਰੂਪਕ ਤਾਲ, ਸੋ ਇਟਸ ਦਾ ਸੇਮ ਪੈਟਰਨ. ਐਂਡ ਤਬਲਾ ਲੈਂਗੁਏਜ ਵੀ ਸੇਟ ਵਿਦ ਦਾ ਲੰਮਾ ਅਰਸਾ, ਸੋ ਇਹ ਜੋ ਹੈ ਲੰਬੇ ਅਰਸੇ ਦਾ ਹੈ, ਦੈਨ ਇਟ ਬਿਕਮਸ ਰੀਲਾ. ਕਲਾਸੀਕਲ ਬੋਲਸ ਹਨ ਜੋ ਆਪਾਂ ਪਿੱਛੇ ਕਲਾਸੀਕਲ ਲੱਗੀ ਕੀਤੀ ਸੀ, ਉਸੇ ਨੂੰ ਹੀ ਲੰਮੇ ਅਰਸੇ ਦੇ ਕਰਕੇ ਵਜਾਇਆ ਗਿਆ ਹੈ. ਇਟ ਬਿਕਮਸ ਰੇਲਾ ਕੈਨ ਬੀ ਯੂਜ ਵਿਦ ਦਾ ਕਲਾਸੀਕਲ ਵੋਕਲਿਸਟ ਔਰ ਵਿਦ ਦਾ ਸੋਲੋ ਪਰਫੋਰਮੈਂਸਿਸ. ਸੋ ਆਪਾਂ ਸ਼ੁਰੂ ਕਰਦੇ ਹਾਂ. ਇਸਦੇ ਬੋਲ ਇਸ ਤਰ੍ਹਾਂ ਹਨ: ਦਾ ਤਿਰਕਿਟ ਤੱਕ ਤਿਰਕਿਟ, ਦਾ ਤਿਰਕਿਟ ਤੱਕ ਤਿਰਕਿਟ, ਦਾ ਤੀ ਦਾ ਤਿਰਕਿਟ ਤੱਕ ਤਿਰਕਿਟ, ਦਾ ਤੀ ਦਾ ਤਿਰਕਿਟ ਤੱਕ ਤਿਰਕਿਟ. ਸਭ ਤੋਂ ਪਹਿਲਾਂ ਫਸਟ ਜੋ ਫਰੇਜ਼ ਹੈ ਇਹਨੂੰ ਸਮਝੋ, ਦੁਬਾਰਾ ਫਿਰ ਰਿਪੀਟ ਕਰ ਰਹੇ ਹਾਂ. ਦਾ ਤਿਰਕਿਟ ਤੱਕ ਤਿਰਕਿਟ, ਦਾ ਤਿਰਕਿਟ ਤੱਕ ਤਿਰਕਿਟ, ਦਾ ਤੀ ਦਾ ਤਿਰਕਿਟ ਤੱਕ ਤਿਰਕਿਟ, ਦਾ ਤੀ ਦਾ ਤਿਰਕਿਟ ਤੱਕ ਤਿਰਕਿਟ. ਨੈਕਸਟ ਪਾਰਟ ਹੈ ਖਾਲੀ ਪਾਰਟ. ਦਾ ਤਿਰਕਿਟ ਤੱਕ ਤਿਰਕਿਟ, ਦਾ ਤਿਰਕਿਟ ਤੱਕ ਤਿਰਕਿਟ, ਦਾ ਤੀ ਦਾ ਤਿਰਕਿਟ ਤੱਕ ਤਿਰਕਿਟ, ਦਾ ਤੀ ਦਾ ਤਿਰਕਿਟ ਤੱਕ ਤਿਰਕਿਟ. ਲੈਟਸ ਪਲੇ ਔਨ ਤਬਲਾ. ਇਹਨੂੰ ਰਿਪੀਟ ਕਰ ਰਹੇ ਹਾਂ. ਦਾ ਤੇਰ ਕਿਟ ਤੱਕ ਤੇਰ ਕਿਟ, ਦਾ ਤੇਰ ਕਿਟ ਤੱਕ ਤੇਰ ਕਿਟ, ਦਾ ਤੇਰ ਕਿਟ ਤੱਕ ਤੇਰ ਕਿਟ, ਦਾ ਤੇਰ ਕਿਟ ਤੱਕ ਤੇਰ ਕਿਟ. ਨੈਕਸਟ ਖਾਲੀ ਪੋਰਸ਼ਨ. ਤਾ ਤੇਰ ਕਿਟ ਤੱਕ ਤੇਰ ਕਿਟ, ਦਾ ਤੇਰ ਕਿਟ ਤੱਕ ਤੇਰ ਕਿਟ, ਦਾ ਤੇਰ ਕਿਟ ਤੱਕ ਤੇਰ ਕਿਟ, ਦਾ ਤੇਰ ਦੁਬਾਰਾ ਫਿਰ ਸਟਾਰਟਿੰਗ ਤੋਂ ਲੈ ਕੇ ਪੂਰਾ ਕੰਪਲੀਟ ਸਲੋ ਵਜਾਉਂਦੇ ਹਾਂ. ਦਾ ਤੇਰ ਕਿਟ ਤੱਕ ਤੇਰ ਕਿਟ, 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 ਦਾ ਤੇਰ ਥੋੜਾ ਫਾਸਟ. ਸਰੇਲਾ ਇਜ਼ ਦਾ ਤਿਰਕਿਟ ਤੱਕ ਤਿਰਕਿਟ. ਇਹ ਮੈਂ ਪਹਿਲਾਂ ਵੀ ਇੱਕ ਵੀਡੀਓ ਵਿੱਚ ਐਕਸਪਲੇਨ ਕੀਤਾ ਸੀ, ਥੋੜ੍ਹਾ ਬਰੀਫ ਵਿੱਚ ਦੱਸ ਰਹੇ ਹਾਂ ਦੁਬਾਰਾ ਤਿਰਕਿਟ ਤੱਕ ਕਿਵੇਂ ਪਲੇ ਹੋਏਗਾ. ਇਟ ਸਟਾਰਟ ਵਿਦ ਦਾ ਮਿਡਲ ਫਿੰਗਰ, ਮਿਡਲ ਫਿੰਗਰ ਤੋਂ ਸਟਾਰਟ ਕਰਨਾ. ਦਾ ਤਿਰ ਕਿਟ ਤੱਕ, ਦਾ ਤਿਰ ਕਿਟ ਤੱਕ ਤਿਰ ਕਿਟ, ਐਂਡ ਐਂਡਸ ਵਿਦ ਦਾ ਮਿਡਲ ਫਿੰਗਰ ਐਂਡ ਰਿੰਗ ਫਿੰਗਰ. ਸਟਾਰਟਿੰਗ ਵਿੱਚ ਮਿਡਲ ਫਿੰਗਰ ਯੂਜ਼ ਹੋਣੀ ਹੈ, ਉਸ ਤੋਂ ਬਾਅਦ ਇਹ ਦੋਨੋਂ ਫਿੰਗਰ ਯੂਜ਼ ਹੋਣਗੀਆਂ.
ਦੁਬਾਰਾ ਫਿਰ ਥੋੜਾ ਫਾਸਟ ਪਲੇ ਕਰਦੇ ਹਾਂ। ਇਸ ਤਰ੍ਹਾਂ ਇਹਨੂੰ ਸਲੋ ਹੀ ਪ੍ਰੈਕਟਿਸ ਕਰਨੀ ਹੈ। ਇਹ ਦੁਬਾਰਾ ਫਿਰ ਮੈਂ ਦੱਸ ਰਿਹਾ ਲੰਮੇ ਅਰਸੇ ਦਾ ਹੈ ਜੀ, ਇਹਨੂੰ ਪ੍ਰੈਕਟਿਸ ਨਾਲ ਹੀ ਥੋੜ੍ਹਾ ਸਟੈਮਿਨਾ ਵੀ ਚਾਹੀਦਾ ਇਹਨੂੰ ਵਜਾਉਣ ਲਈ, ਇਸ ਕਰਕੇ ਪ੍ਰੈਕਟਿਸ ਨਾਲ ਹੀ ਇਹ ਕਲੀਅਰ ਹੋਣਗੇ ਬੋਲ। ਸੋ ਇੱਕ ਵਾਰ ਆਪਾਂ ਸਟਾਰਟਿੰਗ ਤੋਂ ਤਿਆਰੀ ਵਿੱਚ ਵਜਾਉਂਦੇ ਹਾਂ। ਕਲਾਸੀਕਲ ਰੇਲਾ ਇਹਨਾਂ ਰੂਪਕ ਤਾਲ, ਇਹ ਬਹੁਤ ਹੀ ਪਿਆਰਾ ਰੇਲਾ ਹੈ, ਟ੍ਰੈਡੀਸ਼ਨਲ ਰੇਲਾ ਹੈ। ਇਸਨੂੰ ਪੂਰੀ ਤਰ੍ਹਾਂ ਤਿਆਰੀ ਨਾਲ ਹੀ ਵਜਾਇਆ ਜਾਂਦਾ ਹੈ, ਇਹਦੀ ਅੱਛੀ ਤਰ੍ਹਾਂ ਪ੍ਰੈਕਟਿਸ ਕਰੋ। 10 ਤਰੀਕਟ ਤੱਕ ਤਰੀਕਟ ਬੋਲ ਹੈ ਜੋ ਮੇਨ ਬੋਲ ਹੈ, ਲੰਮੇ ਅਰਸੇ ਦਾ ਹੈ। ਕਲਾਸੀਕਲ ਜਦੋਂ ਤੁਸੀਂ ਸੰਗਤ ਕਰੋਗੇ ਤਾਂ ਬਹੁਤ ਹੀ ਗਾਉਣ ਵਿੱਚ ਵੀ ਬੜਾ ਆਨੰਦ ਬਣ ਜਾਂਦਾ ਹੈ। ਸੋ ਆਈ ਹੋਪ ਦੈਟ ਯੂ ਲਾਈਕ ਇਟ। ਥੈਂਕਸ ਫੋਰ ਦੈਟ।